ਬਾਈ ਜੀ ਆਹ ਦੇਖੋ ਅੱਜ ਜਿਹੜੀ ਬਰਸਾਤ ਹੋਈ ਆ ਇਸ ਨਾਲ ਆਪਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਆ, ਨਾਲ ਇੱਕ ਹੋਰ ਚੀਜ਼ ਵੇਖਣ ਨੂੰ ਮਿਲੀ ਆ ਵੀ ਸ਼ਹਿਰ ਦਾ ਹਾਲ ਦੇਖੋ ਜਿਹਦੇ ਨਾਲ ਵੀ ਇੰਨਾ ਪਾਣੀ ਆ ਗਿਆ, ਨਾ ਤਾਂ ਕੋਈ ਸ਼ਹਿਰ ਦਾ ਸੀਵਰੇਜ ਦਾ ਸਿਸਟਮ ਸਹੀ ਆ, ਨਾ ਕੋਈ ਪਾਣੀ ਦੀ ਨਿਕਾਸੀ ਆ। ਇਹ ਪਹਿਲੀ ਬਰਸਾਤ ਆ ਹਜੇ ਤਾਂ, ਜਦੋਂ ਪਤਾ ਨਹੀਂ ਦੂਜੀਆਂ ਬਰਸਾਤਾਂ ਹੋਣੀਆਂ। ਇਹ ਜਿਹੜੀ ਹਜੇ ਤਾਂ ਮਾਨਸੂਨ ਨੇ ਪਹਿਲੀ ਸ਼ੁਰੂਆਤ ਦਸਤਕ ਹੀ ਦਿੱਤੀ ਆ ਆਪਣੇ ਮੁਕਤਸਰ ਵਿੱਚ, ਅਤੇ ਅਗਲੀਆਂ ਬਰਸਾਤਾਂ 'ਤੇ ਪਤਾ ਨਹੀਂ ਕੀ ਹੋਊਗਾ ਬਾਈ ਜੀ। ਇਹ ਸਰਕਾਰਾਂ ਨੂੰ ਇਹੀ ਚਾਹੀਦਾ ਵੀ ਆ ਮੁਕਤਸਰ ਦਾ ਹਾਲ ਉਹਨਾਂ ਨੂੰ ਵੀ ਦਿਖਦਾ ਹੀ ਆ, ਅਤੇ ਇਹਨਾਂ ਦਾ ਹੱਲ ਕਰੇ, ਸੀਵਰ ਸਿਸਟਮ ਅਤੇ ਪਾਣੀ ਦੀ ਨਿਕਾਸੀ ਦਾ ਹੱਲ ਜ਼ਰੂਰ ਕਰੇ। ਧੰਨਵਾਦ। ਜਿਹੜੀ ਬਰਸਾਤ ਹੋਈ ਆ, ਮੌਸਮ ਤੋਂ ਰਾਹਤ ਮਿਲੀ ਆ, ਗਰਮੀ ਬਹੁਤ ਪੈ ਰਹੀ ਸੀ, ਅਤੇ ਉਹ ਦੂਜੇ ਪਾਸੋਂ ਵੇਖੀਏ ਸ਼ਹਿਰ ਦਾ ਬੁਰਾ ਹਾਲ, ਗਲੀਆਂ ਦਾ ਬੁਰਾ ਹਾਲ, ਸਿਸਟਮ ਸੀਵਰੇਜ ਦਾ ਬੁਰਾ ਹਾਲ। ਜਿਹੜੇ ਲੀਡਰ ਹੈ ਇਹ ਵੋਟਾਂ ਖਾਤਰ ਸਾਰਾ ਕੁਝ ਕਰੀ ਜਾਂਦੇ, ਪਰ ਗਲੀਆਂ ਉੱਚੀਆਂ ਕਰਾਈ ਜਾਂਦੇ, ਸਿਵਰੇਜ ਦਾ ਬੰਨੀ ਕਿਸੇ ਦਾ ਧਿਆਨ ਨਹੀਂ। ਸਿਵਰੇਜ ਸਿਸਟਮ ਸਾਰਾ ਸਹੀ ਹੋਣਾ ਚਾਹੀਦਾ, ਫਿਰ ਗਲੀਆਂ ਵੀ ਉੱਚੀਆਂ ਹੋਣੀਆਂ ਚਾਹੀਦੀਆਂ। ਉਹ ਘਰ ਨੀਵੇਂ ਹੋ ਜਾਂਦੇ ਆ, ਮਕਾਨਾਂ ਦੇ ਵਿੱਚ ਪਾਣੀ ਵੜ ਜਾਂਦਾ, ਸਿਵਰੇਜ ਦਾ ਬਹੁਤ ਬੁਰਾ ਹਾਲ ਆ। ਕੀ ਮੰਗ ਕਰਦੇ ਹੋ? ਅਤੇ ਸਿਵਰੇਜ ਸਿਸਟਮ ਦਾ ਸਾਰਾ ਸਹੀ ਹੱਲ ਹੋਣਾ ਚਾਹੀਦਾ, ਫਿਰ ਉਸ ਤੋਂ ਬਾਅਦ ਸ਼ਹਿਰ ਦਾ ਵਿਕਾਸ ਵੀ ਬੰਨੀ ਵੀ ਧਿਆਨ ਦੇਣਾ ਚਾਹੀਦਾ। ਬਾਈ ਜੀ ਆਹ ਦੇਖੋ ਅੱਜ ਜਿਹੜੀ ਬਰਸਾਤ ਹੋਈ ਆ ਇਸ ਨਾਲ ਆਪਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਆ, ਨਾਲ ਇੱਕ ਹੋਰ ਚੀਜ਼ ਵੇਖਣ ਨੂੰ ਮਿਲੀ ਆ ਵੀ ਸ਼ਹਿਰ ਦਾ ਹਾਲ ਦੇਖੋ ਜਿਹਦੇ ਨਾਲ ਵੀ ਇੰਨਾ ਪਾਣੀ ਆ ਗਿਆ, ਨਾ ਤਾਂ ਕੋਈ ਸ਼ਹਿਰ ਦਾ ਸੀਵਰੇਜ ਦਾ ਸਿਸਟਮ ਸਹੀ ਆ, ਨਾ ਕੋਈ ਪਾਣੀ ਦੀ ਨਿਕਾਸੀ ਆ। ਇਹ ਪਹਿਲੀ ਬਰਸਾਤ ਆ ਹਜੇ ਤਾਂ, ਜਦੋਂ ਪਤਾ ਨਹੀਂ ਦੂਜੀਆਂ ਬਰਸਾਤਾਂ ਹੋਣੀਆਂ। ਇਹ ਜਿਹੜੀ ਹਜੇ ਤਾਂ ਮਾਨਸੂਨ ਨੇ ਪਹਿਲੀ ਸ਼ੁਰੂਆਤ ਦਸਤਕ ਹੀ ਦਿੱਤੀ ਆ ਆਪਣੇ ਮੁਕਤਸਰ ਵਿੱਚ, ਅਤੇ ਅਗਲੀਆਂ ਬਰਸਾਤਾਂ 'ਤੇ ਪਤਾ ਨਹੀਂ ਕੀ ਹੋਊਗਾ ਬਾਈ ਜੀ। ਇਹ ਸਰਕਾਰਾਂ ਨੂੰ ਇਹੀ ਚਾਹੀਦਾ ਵੀ ਆ ਮੁਕਤਸਰ ਦਾ ਹਾਲ ਉਹਨਾਂ ਨੂੰ ਵੀ ਦਿਖਦਾ ਹੀ ਆ, ਅਤੇ ਇਹਨਾਂ ਦਾ ਹੱਲ ਕਰੇ, ਸੀਵਰ ਸਿਸਟਮ ਅਤੇ ਪਾਣੀ ਦੀ ਨਿਕਾਸੀ ਦਾ ਹੱਲ ਜ਼ਰੂਰ ਕਰੇ। ਧੰਨਵਾਦ। ਜਿਹੜੀ ਬਰਸਾਤ ਹੋਈ ਆ, ਮੌਸਮ ਤੋਂ ਰਾਹਤ ਮਿਲੀ ਆ, ਗਰਮੀ ਬਹੁਤ ਪੈ ਰਹੀ ਸੀ, ਅਤੇ ਉਹ ਦੂਜੇ ਪਾਸੋਂ ਵੇਖੀਏ ਸ਼ਹਿਰ ਦਾ ਬੁਰਾ ਹਾਲ, ਗਲੀਆਂ ਦਾ ਬੁਰਾ ਹਾਲ, ਸਿਸਟਮ ਸਿਵਰੇਜ ਦਾ ਬੁਰਾ ਹਾਲ। ਜਿਹੜੇ ਲੀਡਰ ਹੈ ਇਹ ਵੋਟਾਂ ਖਾਤਰ ਸਾਰਾ ਕੁਝ ਕਰੀ ਜਾਂਦੇ, ਪਰ ਗਲੀਆਂ ਉੱਚੀਆਂ ਕਰਾਈ ਜਾਂਦੇ, ਸਿਵਰੇਜ ਦਾ ਬੰਨੀ ਕਿਸੇ ਦਾ ਧਿਆਨ ਨਹੀਂ। ਸਿਵਰੇਜ ਸਿਸਟਮ ਸਾਰਾ ਸਹੀ ਹੋਣਾ ਚਾਹੀਦਾ, ਫਿਰ ਗਲੀਆਂ ਵੀ ਉੱਚੀਆਂ ਹੋਣੀਆਂ ਚਾਹੀਦੀਆਂ। ਉਹ ਘਰ ਨੀਵੇਂ ਹੋ ਜਾਂਦੇ ਆ, ਮਕਾਨਾਂ ਦੇ ਵਿੱਚ ਪਾਣੀ ਵੜ ਜਾਂਦਾ, ਸਿਵਰੇਜ ਦਾ ਬਹੁਤ ਬੁਰਾ ਹਾਲ ਆ। ਕੀ ਮੰਗ ਕਰਦੇ ਹੋ? ਅਤੇ ਸਿਵਰੇਜ ਸਿਸਟਮ ਦਾ ਸਾਰਾ ਸਹੀ ਹੱਲ ਹੋਣਾ ਚਾਹੀਦਾ, ਫਿਰ ਉਸ ਤੋਂ ਬਾਅਦ ਸ਼ਹਿਰ ਦਾ ਵਿਕਾਸ ਵੀ ਬੰਨੀ ਵੀ ਧਿਆਨ ਦੇਣਾ ਚਾਹੀਦਾ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।